ਤੁਹਾਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਆਪਾਂ ਗੁਰਦੁਆਰਾ ਖਾਲਸਾ ਦੀਵਾਨ ਹਾਂਗਕਾਂਗ ਵਿੱਚ ਆ ਤੇ ਅੱਜ ਆਪਣੇ ਨਾਲ ਨੇ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਜਿਹੜੇ ਕਿ ਗਲੋਬਲ ਅੰਬੈਸਡਰ ਨੇ ਵਰਲਡ ਕੈਂਸਰ ਕੇਅਰ ਦੇ ਤੇ ਉਹਨਾਂ ਨੂੰ ਅੱਜ ਰੂਬਰੂ ਕਰਾ ਰਹੇ ਨੇ ਹਾਂਗਕਾਂਗ ਦੇ ਵਿੱਚ ਪੰਜਾਬੀ ਫੈਡਰੇਸ਼ਨ ਆਫ ਕਮਰਸ। ਪੰਜਾਬੀ ਫੈਡਰੇਸ਼ਨ ਆਫ ਕਮਰਸ ਜੋ ਕਿ ਪਿਛਲੇ 4-5 ਸਾਲਾਂ ਤੋਂ ਹੋਂਦ ਵਿੱਚ ਆਈ ਹੈ ਇੱਕ ਨਵੀਂ ਸੰਸਥਾ ਤੇ ਜੋ ਪ੍ਰੋਫੈਸ਼ਨਲਸ ਦੇ ਨਾਲ ਜੋ ਵਕੀਲਾਂ ਦੇ ਨਾਲ ਜੋ ਚੰਗੇ ਆਪਣੇ ਇੰਡਸਟਰੀਅਲਿਸਟ ਨੇ ਜਾਂ ਇੱਥੇ ਚੰਗੇ ਬਿਜ਼ਨਸਮੈਨ ਨੇ ਉਹਨਾਂ ਦੇ ਨਾਲ ਯੂਥ ਨੂੰ ਜਿਹੜੇ ਯੂਨੀਵਰਸਿਟੀ ਸਟੂਡੈਂਟਸ ਨੇ ਉਹਨਾਂ ਦੀਆਂ ਮਿਲਣੀਆਂ ਕਰਵਾਉਂਦੇ ਨੇ, ਉਹਨਾਂ ਨਾਲ ਟਾਕ ਸ਼ੋਅ ਕਰਵਾਉਂਦੇ ਨੇ ਤਾਂ ਕਿ ਜਿਹੜਾ ਯੂਥ ਆ ਉਹਨੂੰ ਅੱਗੇ ਸੇਧ ਮਿਲ ਸਕੇ ਤੇ ਉਹਨਾਂ ਵੱਲੋਂ ਇਹ ਪ੍ਰੋਗਰਾਮ ਅਰੇਂਜ ਕੀਤਾ ਗਿਆ ਤੇ ਗੁਰਦੁਆਰਾ ਸਾਹਿਬ ਵਿੱਚ ਆ ਜੋ ਆਪਾਂ ਸੁਣਦੇ ਹਾਂ ਕੁਲਵੰਤ ਸਿੰਘ ਜੀ ਦੇ ਕੈਂਸਰ ਦੀ ਜਾਗਰੂਕਤਾ ਪ੍ਰਤੀ ਵਿਚਾਰ। ਅਸੀਂ ਸਾਡੀਆਂ ਵਰਲਡ ਕੈਂਸਰ ਦੀਆਂ ਟੀਮਾਂ 43 ਮੁਲਕਾਂ 'ਚ ਆ। ਮੈਂ ਦੁਨੀਆ ਦਾ ਕੋਈ ਐਸਾ ਮੁਲਕ ਨਹੀਂ ਜਿੱਥੇ ਸਾਡੀ ਸੰਸਥਾ ਨੇ ਮੈਨੂੰ ਨਾ ਭੇਜਿਆ ਹੋਵੇ ਅਤੇ ਮੈਨੂੰ ਕੋਈ ਐਸਾ ਮੁਲਕ ਨਹੀਂ ਇੱਥੇ ਆਇਆ ਜਿੱਥੇ ਸਾਡੇ ਗੁਰੂ ਦਾ ਗੁਰੂ ਘਰ। ਮੈਂ ਤੁਹਾਨੂੰ ਸਵਾਲ ਕਰਦਾ ਹਾਂ ਕਿ ਇਹਦੇ 'ਚ ਖੰਡ ਪਾਉਣੀ ਪੈਂਦੀ ਹੈ ਕਿ ਇਹਨੂੰ ਫਰਿੱਜ 'ਚ ਰੱਖਣਾ ਪੈਂਦਾ ਹੈ, ਦੁੱਧ ਨੂੰ ਤੱਤਾ ਕਰਨਾ ਠੰਡਾ, ਇਹ ਸਭ ਕਾਲਪੁਰਖ ਦੀ ਕਿਰਪਾ ਹੈ ਅਤੇ ਮਾਂ ਜਦੋਂ ਮਰਜ਼ੀ ਬੱਚੇ ਦੇ ਮੂੰਹ 'ਚ ਪਾ ਦਿੰਦੀ ਹੈ, ਠੀਕ ਹੈ। ਪਰੰਤੂ ਅਸੀਂ ਉਹ ਕਾਲਪੁਰਖ ਦੀ ਉਸ ਖੇਡ ਤੋਂ ਦੂਰ ਹੋ ਗਏ ਅਤੇ ਸਾਨੂੰ ਸਜ਼ਾ ਕੀ ਮਿਲੀ? ਛਾਤੀ ਦਾ ਕੈਂਸਰ। ਇੰਡੀਆ ਦੀ ਹਰ ਚੌਥੀ ਔਰਤ ਨੂੰ ਛਾਤੀ ਦਾ ਕੈਂਸਰ ਹੈ, ਇੰਡੀਆ ਦੀ ਹੈ ਜਾਂ ਹੋਏਗਾ, ਠੀਕ ਹੈ। ਇਸ ਕਰਕੇ ਮੇਰੀ ਉਹ ਭੈਣੋ, ਅੱਜ ਸ਼ਬਦ ਗੁਰੂ ਦੀ ਹਾਜ਼ਰੀ 'ਚ ਬੈਠੇ ਹੋ ਕਿ ਆਪਣੇ ਬੱਚਿਆਂ ਨੂੰ ਦੁੱਧ ਛਾਤੀ ਤੋਂ ਪਿਲਾਉਂਦੇ। ਤੰਬਾਕੂ ਸਿਗਰਟ ਸਾਡੇ ਗੁਰੂ ਸਾਹਿਬ 500 ਸਾਲ ਪਹਿਲਾਂ ਮਨਾ ਕਰ ਗਏ। ਗੁਰੂ ਸਾਹਿਬ ਦਾ ਘੋੜਾ ਤੰਬਾਕੂ ਦੇ ਖੇਤ ਦੇ ਬੀਜਦੀ ਨਹੀਂ ਨਾ ਗਿਆ ਸੀ। ਕੈਂਸਰ ਇੰਗਲੈਂਡ 'ਚ ਵੀ ਬਹੁਤ ਹੈ ਪਰੰਤੂ ਉੱਥੇ ਪਹਿਲੀ ਸਟੇਜ 'ਚ ਪਤਾ ਲੱਗ ਜਾਂਦਾ ਅਤੇ ਕੋਈ ਬਦਕਿਸਮਤ ਦੀ ਪੰਜਾਬ ਦੀ, ਆਪਾਂ ਪੰਜਾਬ ਦੀ ਗੱਲ ਕਰਾਂਗੇ, ਇੰਡੀਆ ਦੀ ਨਹੀਂ, ਇਕੱਲੇ ਪੰਜਾਬ ਦੀ ਗੱਲ ਕਰਦਾ। ਇੱਥੇ 70% ਲੋਕਾਂ ਨੂੰ ਕੈਂਸਰ ਤੀਜੀ ਸਟੇਜ 'ਚ ਪਤਾ ਲੱਗਦਾ, ਤੀਜੀ ਸਟੇਜ ਮੌਤ ਹੈ, ਉਸ ਨਹੀਂ ਕਰ। ਪੰਜਾਬ ਇੱਕ ਉਹ ਸਟੇਟ ਹੈ ਜਿਹਦੇ 3 ਮੁੱਖ ਮੰਤਰੀਆਂ ਦੇ ਘਰ ਕੈਂਸਰ ਨਾਲ ਮੌਤ ਹੋ ਗਈ, ਬੀਬੀ ਬਾਦਲ, ਸੁਰਜੀਤ ਸਿੰਘ ਬਰਨਾਲਾ ਦੀ ਜਵਾਨ ਬੇਟੀ ਅਤੇ ਹਰਜਨ ਮੁਰਾਦ ਮੁਕਤਸਰ ਵਾਲੇ ਦਾ ਜਵਾਨ ਪੁੱਤ। ਮੈਂ ਕਿਹਾ ਤੁਸੀਂ ਤਾਂ ਆਂਟੀ ਨੂੰ ਚੱਕ ਕੇ ਲੈ ਗਏ ਅਮਰੀਕਾ, ਆਹ ਮੇਰਾ ਮਾਲੀ ਹੈ ਜੀ, ਇਹਦੇ ਘਰ ਵਾਲੀ ਨੂੰ ਹੋ ਗਿਆ ਕੈਂਸਰ, ਹੀ ਕਿੱਥੇ ਜਾਊਗਾ ਬਾਦਲ ਸਾਹਿਬ, ਦੇ ਜਵਾਬ। ਖੜ ਗਿਆ ਸੈਰ ਕਰਦਾ ਕਰਦਾ, ਉਹ ਗਰੀਬ ਦੀ ਦਵਾਈ ਖਾ ਕੇ ਅਤੇ ਗਰੀਬ ਨੂੰ ਫਿਰ ਲੰਗਰ ਲਾਉਂਦੇ ਆ। ਵਾਹ, ਇਹ ਗੁਰੂ ਸਾਹਿਬ ਤੋਂ ਭੈ ਹੀ ਨਹੀਂ, ਡਰ ਹੀ ਨਹੀਂ ਇਹਨਾਂ ਨੂੰ ਬਾਰਡਰ 'ਤੇ। ਪਾਕਿਸਤਾਨ ਦੇ ਬਾਰਡਰ ਤੋਂ ਨਾ 5 ਲਾਸ਼ਾਂ ਆਉਂਦੀਆਂ ਅਤੇ 4 ਸਿੱਖਾਂ ਦੀਆਂ ਹੁੰਦੀਆਂ ਹੁੰਦੀਆਂ ਨਾ। 2% ਸਾਡੀ ਪਾਪੂਲੇਸ਼ਨ ਹੈ, ਉਹਦੇ 24 ਲੱਖਾਂ ਬੰਦਾ ਸਾਡਾ ਬਾਹਰ ਬੈਠਾ। ਮੈਂ ਕਿਹਾ ਯਾਰ ਕੁਛ ਤੁਹਾਨੂੰ ਸ਼ਰਮ ਨਹੀਂ ਆਉਂਦੀ? ਇੱਕ ਸ਼ਬਦ ਸੀ ਪੜਪੜ ਕਸਾਤਾ, ਗਰੀਬ ਦਾ ਮਉ ਗੁਰੂ ਦੀ ਗੋਲ ਕਹਿੰਦੇ ਨਾ, ਤੇ ਕਿੰਨਿਆਂ ਕਰੇ ਹੁੰਦੇ ਉਸ ਗੋਲ ਵਿੱਚ ਕਦੇ ਕੁਝ ਪਾਇਆ। ਬਾਰ ਫਿਰ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਕੋਲ ਦੁਨੀਆ ਦੇ ਇੰਗਲੈਂਡ ਦੇ ਸਿਰਮੌਰ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਸਾਡੇ ਵਿੱਚ ਬਿਰਾਜਮਾਨ ਨੇ। ਇਹ ਜੋ ਆਯੋਜਨ ਕੀਤਾ ਗਿਆ ਹੈ, ਜੋ ਪੰਜਾਬੀ ਫੈਡਰੇਸ਼ਨ ਆਫ ਕਮਰਸ ਉਹਨਾਂ ਵੱਲੋਂ ਆਯੋਜਿਤ ਕੀਤਾ ਗਿਆ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਡਾਕਟਰ ਸਾਹਿਬ ਨੂੰ ਬੇਨਤੀ ਆ ਕਿ ਉਹ ਸਟੇਜ ਤੇ ਆਉਣ। ਸ਼ਬਦ ਗੁਰੂ ਦੀ ਗੋਦ ਦਾ ਮਹਿਕਮਾ ਰਹੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਡੇ ਭਾਗ ਹੈ ਜੀ, ਅੱਜ 80 ਦਾ ਮਹੀਨਾ ਚੜਿਆ, ਗੁਰੂ ਦੀ ਹਾਜ਼ਰੀ ਭਰੀ ਹੈ। ਇਹ ਮੇਰੀ ਜ਼ਿੰਦਗੀ ਦੇ ਰੁਝੇਵੇ, ਅੱਜ ਅਸੀਂ ਦੌੜੇ ਭੱਜੇ ਫਿਰਦੇ ਰਹਿੰਦੇ ਹਾਂ, ਪਰੰਤੂ ਇਹ ਗੁਰੂ ਦੀ ਕਿਰਪਾ, ਸਾਡੀ ਤਾਂ ਕੋਸ਼ਿਸ਼ ਹੈ। ਮੈਂ ਬਹੁਤ ਧੰਨਵਾਦ ਕਰਦਾ ਸਾਧ ਸੰਗਤ ਦਾ ਵੀ ਸਿੱਖ ਜਿੱਥੇ ਵੀ ਜਾਂਦਾ ਆਪਦਾ ਘਰ ਬਾਅਦ 'ਚ ਬਣਾਉਂਦਾ, ਪਹਿਲਾਂ ਗੁਰੂ ਦਾ ਬਣਾਉਂਦਾ। ਅਸੀਂ ਸਾਡੀਆਂ ਵਰਲਡ ਕੈਂਸਰ ਦੀਆਂ ਟੀਮਾਂ 43 ਮੁਲਕਾਂ 'ਚ ਹੈ। ਮੈਂ ਦੁਨੀਆ ਦਾ ਕੋਈ ਐਸਾ ਮੁਲਕ ਨਹੀਂ ਜਿੱਥੇ ਸਾਡੀ ਸੰਸਥਾ ਨੇ ਮੈਨੂੰ ਨਾ ਭੇਜਿਆ ਹੋਵੇ ਅਤੇ ਮੈਨੂੰ ਕੋਈ ਐਸਾ ਮੁਲਕ ਨਹੀਂ ਇੱਥੇ ਆਇਆ ਜਿੱਥੇ ਸਾਡੇ ਗੁਰੂ ਦਾ ਗੁਰੂ ਘਰ ਨਾ ਹੋਵੇ। ਇਹ ਤੁਸੀਂ ਵਧਾਈ ਦੇ ਪਾਤਰ ਹੋ। ਸਤਿ ਸੰਗਤ ਜੀ, ਅਕਾਲ ਪੁਰਖ ਕਦੇ ਕਿਸੇ ਨਾਲ ਧੱਕਾ ਨਹੀਂ ਕਰਦਾ, ਕਿਉਂਕਿ ਮਾਨਸ ਦੇ ਦੁਰਲੱਭ ਹੈ। ਸਾਨੂੰ 84 ਲੱਖ ਦੇ ਵਿੱਚੋਂ ਇਹ ਯੂਨੀ ਮਿਲੀ ਹੈ, ਉਹ ਮੇਰੇ ਨਾਲ ਧੱਕਾ ਕਿਉਂ ਕਰਨਗੇ? ਪਰ ਸਾਡੀਆਂ ਜ਼ਿੰਦਗੀ ਦੇ ਵਿੱਚ ਸਾਥੋਂ ਕੋਈ ਗਲਤੀਆਂ ਹੋ ਜਾਂਦੀਆਂ, ਉਹ ਮੰਨਣੀਆਂ ਬਹੁਤ ਜ਼ਰੂਰੀ ਹੈ। ਅੱਜ ਆਪਾਂ ਪਹਿਲਾਂ ਮਾਵਾਂ ਭੈਣਾਂ ਲਈ ਗੱਲ ਕਰਦਾ,
मेरी वो मामो भैनों जब मेरा जन्म होया सी ते पंजाबी च कहिंदे हुंदे सी असीं ढुड्डा मार मार बंध चुंगिया सी। सुनो ध्यान नाल की कह रहे, ये लै जाणा सुनेहा घरे आपदियां नौहां धीआं नूं देणा अगे। साडी मामा ने सानूं छाती तों दुद्ध पिआया सी, ठीक है, ते किन्ना कु छाती दा कैंसर हुंदा सी अज तों 35-40 साल पहलां, सोचो, ठीक है। एंड वी प्ले विद नेचर, कुदरत नाल असीं खुद छेड़छाड़ शुरू कर दी। ये अकाल पुरख ने दुद्ध बच्चे लई बनाया। मैं तुहानूं सवाल करदा हां कि इहदे च खंड पाउणी पैंदी है, कि इहनूं फ्रिज च रखणा पैंदा है, दुद्ध नूं पत्ता करना ठंडा है, सब अकाल पुरख की किरपा है। तो माँ जदों मर्जी बच्चे दे मूँह च पा दिंदी है, ठीक है, परंतु असी वो अकाल पुरख की उस खेड तो दूर हो गए तो सानूं सज़ा की मिली छाती का कैंसर। 8 तरीक नूं मैं इंग्लैंड तो चलिया सी जी, दिल्ली बुलाया सी मैनूं जिहड़ा G20 होया। 8 तरीक नूं UNO ने एक नवीं कढ़ी है, इंडिया की हर चौथी औरत नूं छाती का कैंसर है, इंडिया की है या होएगा, ठीक है। इस करके मेरी वो भैनों अज शब्द गुरु की हाजिरी च बैठे हो कि अपने बच्चों दुद्ध छाती तो पिलाना है, ठीक है। एक गरंटी दे रहा गुरु ग्रंथ साहब की हजूरी च, थोनों कोई दवाई नहीं दिती, ये सब गुरु दियाँ चीज़ा है। एक गरंटी दे रहा भी तुम छाती के कैंसर तो लगभग 85% बच जाओगी जे इस गुरु दे ते रहना, ठीक है। इंग्लिश की लाइन है, डोंट प्ले विद नेचर, कुदरत ना छेड़छाड़ ना करो, ठीक है। एक तो यह मेरी बेनती होगी। जे हम मैं वीर वाल लाना, तंबाकू सिगरट साढ़े गुरु साहब 500 साल पहले मना कर गए। गुरु साहब का घोड़ा तंबाकू के खेत के बीज दी नहीं लगया सी, ते साड़ी सिख कौम तंबाकू के सिगटा पी जाती, तो 500 साल पहले कह गए गुरु साहब साढ़े, क्यों कह के गए सी? मूँह का कैंसर, गले का कैंसर, लंग का कैंसर नहीं होएगा थानू, ठीक है। तुसीं फिर उतों भी गुरु तो भज गए, भजे ना, उहदा भी ख्याल रखना। शराब ज़्यादा पियोगे लिवर कैंसर होएगा, मैं जिन्हें भी कैंसर गिना दिया असी खुद छेड़ रहे हैं, ठीक है। कैंसर इंग्लैंड च भी बहुत है, परंतु उत्थे पहली स्टेज पता लग जाता तो कोई जिंदगी है। साड़ी बदकिस्मती पंजाब की, आप की गल करा, इंडिया की नहीं, कल पंजाब की गल करता है, इतने 70% लोगों कैंसर तीजी स्टेज पता लगता है, तीजी स्टेज मौत है, कुछ नहीं कर सकते। पंजाब एक वो स्टेट है जिसे 3 मुख्यमंत्रियों के घर कैंसर में मौत हो गई, बीबी बादल, सुरजीत सिंह बराला की जवान बेटी, तो हरजन बराड मुकसर वाले का जवान पुत्र। भरावो वो तो लै गए चाके अमेरिका, आप पिंड वाले कितने जावे? हम सवाल थोड़े तो आ गया। बादल साहब मेरे घर ठहरे हुए मोगा, तो मैं खुद सवाल किया, मैं क्या तुम तो आंटी चाके लै गए अमेरिका, आ मेरा माली है जी, घर वाली हो गया कैंसर, ही कितने जाऊगा? बादल साहब दे जवाब, खड़ गया सैर करता करता, उदो कदम नहीं पुटिया गया। मैं क्या तू पंजाब का मुख्यमंत्री है, मुख्यमंत्री हूँ पंजाब का राजा, तू तो आपके घर वाले लै गया चाके अमेरिका, तो साड़ी माँ भैन कितने जाऊगी? कोई जवाब नहीं, घेर लिया। उस वक्त बिनी महाजन से हैल्थ सैकटरी हॉस्पिटल, उन्होंने बुला लिया, जो 1.5 लाख रुपया किया हूँ कैंसर मरीज लिए, वो मेरे घर से फड़िया सुबह, मैं आपके लिए नहीं कुछ मंगया, आपकी स्टेट लिए मंगया, ये मर रहे हैं लोग। साड़ी गुरुआं पीरां की धरती सी, 5 दरियावां की धरती सी, ते कैंसर की कैपिटल ना जानी जाती है जी, वो कैंसर की कैपिटल। 12,783 पिंड है जी पंजाब का टोटल, वर्ल्ड कैंसर ने लगभग 11,000 चेकअप कर दिता। असी सतसंग जी दवाई के लंगर लाने वाले हैं, जिथे गुरु के रोटी पानी के लंगर है, दवाई के लंगर भी बराबर बहुत जरूरी है। गरीब दवाई तो बिना मर रहा है, गरीब दवाई तो बिना मर रहा है। साड़ी सिख कौम के लोग वो गरीब की दवाई भी खा जाते हैं, तो साढ़े गुरु साहब अर्जन देव जी ने उस वे दवाखाने खोले से तरन तारण, खुद कोड़िया के जख्म साफ करते, वो गरीब की दवाई खा के तो गरीब न फिर लंगर लाते हैं। वाह, ये गुरु साहब तो भै ही नहीं, डर ही नहीं इन्होंने लोगों, शर्टा खा जाओ, पुल खा जाओ, वो गरीब की दवाई तो छड्ड दो, वो भी खा जाते हैं। तो मेरे अगे बड़िया सोहनिया सलाह देंगे, अकलवंशिया पग बन ला, तो दाढ़ी रख ला। मैं क्या यार कोई नहीं, तेरे बन्नी है पग, तो दाढ़ी रखी है, तू गरीब की दवाई ठोकी तुर जाना, तो मैनू तो सलाह बहुत वधिया दिना, मैनू जिहड़ा हैगा कर लैण दे, जो कुछ करदा मैं। सतसंग जी, बठिंडे दे स्टेशन दे अकाल पुरख तो एक चीज़ मंगी सी, साडी स्टेट दे लोग राजस्थान इलाज कराउण जांदे सी, रात नूं ट्रेन जांदी सी, भरी जांदी सी,
ਜਦੋਂ ਪਹਿਲੇ ਦਿਨ ਮੈਂ ਆਇਆ ਮੇਰੀ ਮਾਂ ਵੀ ਕੈਂਸਰ ਨਾਲ ਮਰ ਗਈ ਕੈਨੇਡਾ ਅਤੇ ਮੈਂ ਉਹਦੇ ਫੁੱਲ ਪਾਉਣ ਆਇਆ ਸੀ ਮੈਂ ਤਾਂ ਬਿਜ਼ਨਸਮੈਨ ਸੀ ਕੱਪੜੇ ਦਾ ਡਾਕਟਰੀ ਵੀ ਛੱਡ ਗਿਆ ਸੀ ਪਰ ਅਕਾਲ ਪੁਰਖ ਨੇ ਫੜ ਕੇ ਮੈਨੂੰ ਫਿਰ ਲੈ ਆਉਂਦਾ ਇੱਧਰ ਮੈਂ ਆਪਦੀ ਮਾਂ ਦੇ ਫੁੱਲ ਪਾਉਣ ਆਇਆ ਸੀ ਕੀਰਤਪੁਰ ਸਾਹਿਬ ਮੈਂ ਕਿਹਾ ਸੀ ਯਾਰ ਮੈਂ ਪੰਜਾਬ ਦੇ ਲੋਕਾਂ ਨੂੰ ਵੱਖਰਾ ਭੋਗ ਪਾ ਕੇ ਜਾਣਾ ਆਪਦੀ ਮਾਂ ਦਾ ਅਤੇ ਵੱਖਰਾ ਹੀ ਪਾਇਆ ਸਹਿਜ ਪਾਠ ਕਰਾਇਆ ਮੈਂ ਕਿਸੇ ਨੂੰ ਕਿਹਾ ਮੈਨੂੰ ਮੇਰੇ ਕੋਲ ਕੋਈ ਅਫਸੋਸ ਕਰਨਾ ਆ ਟੈਲੀਫੋਨ 'ਤੇ ਕਰ ਲਿਆ ਜਿਹੜੇ ਮੇਰੇ ਨਾਲ ਪੜ੍ਹਦੇ ਸੀਗੇ ਸਟੂਡੈਂਟ ਮੈਂ ਕਿਹਾ ਯਾਰ ਕੋਈ ਉੱਚੇ ਹੱਡੀਆਂ ਦਾ ਡਾਕਟਰ ਬਣ ਗਿਆ ਕੋਈ ਸਕਿਨ ਦਾ ਮੈਂ ਕਿਹਾ ਜੇ ਮੇਰੇ ਕੋਲ ਅਫਸੋਸ ਕਰਨ ਆਉਣਾ ਇੱਕ ਦਿਨ ਪੂਰਾ ਲਾ ਕੇ ਜਾਈ ਸੱਤ ਦਿਨ ਮੇਰੀ ਮਾਤਾ ਦਾ ਸਹਿਜ ਪਾਠ ਚੱਲਦਾ ਰਿਹਾ ਸੱਤ ਦਿਨ ਵੱਖਰੀਆਂ ਮੈਡੀਕਲ ਦੀਆਂ ਟੀਮਾਂ ਬਰਾਬਰ ਜਿੱਥੇ ਗੁਰੂ ਸਾਹਿਬ ਦਾ ਪਾਠ ਅਤੇ ਨਾਲ ਮੈਡੀਕਲ ਅਖੀਰਲੇ ਦਿਨ ਅਸੀਂ ਕੈਂਸਰ ਦਾ ਕੈਂਪ ਲਾ ਲਿਆ ਜੀ 14 ਔਰਤਾਂ ਨੂੰ ਕੈਂਸਰ ਫੜ ਲਿਆ ਅਤੇ ਅੱਜ ਵੀ 11 ਆਪਦੇ ਬੱਚਿਆਂ 'ਚ ਬੈਠੀਆਂ ਤਿੰਨਾਂ ਨੂੰ ਮੈਂ ਬਚਾ ਰਹੀ ਸੀ ਮੈਂ ਆਪਦੀ ਮਾਂ ਦਾ ਭੋਗ ਇਸ ਤਰ੍ਹਾਂ ਪਾਇਆ ਸੀ ਅਤੇ ਭੋਗ ਪਾ ਕੇ ਜਦੋਂ ਵਾਪਸ ਗਿਆ ਤਾਂ ਮੇਰੇ ਘਰਦਿਆਂ ਨੇ ਮੈਨੂੰ ਘਰੋਂ ਕੱਢਤਾ ਜਿਵੇਂ ਸਾਧ ਹੋ ਜਾਂਦਾ ਅਤੇ ਮੈਂ ਉਸ ਤੋਂ ਬਾਅਦ ਨਾ ਆਪਦੇ ਬਿਜ਼ਨਸ ਦਾ ਖਿਆਲ ਰੱਖਿਆ ਇਹ ਗੁਰੂ ਹੀ ਰੱਖਦਾ ਅਤੇ ਅੱਜ 43 ਮੁਲਕਾਂ 'ਚ ਟੀਮ ਹੈ ਹਮ ਅਕੇਲੇ ਚਲੇ ਅਤੇ ਕਾਫਲਾ ਬਣ ਗਿਆ 52,000-53,000 ਡਾਕਟਰ ਸਾਡੇ ਕੋਲ ਸਾਰੀ ਦੁਨੀਆ ਦੇ ਵਿੱਚ ਅਤੇ ਮੈਨੂੰ ਇਹ ਨਹੀਂ ਪਤਾ ਤਨਖਾਹ ਕਿੱਥੋਂ ਲਿਆਉਂਦਾ ਮੇਰਾ ਗੁਰੂ ਸਾਹਿਬ ਪਰ ਮੈਂ ਦਵਾਈ ਦੇ ਲੰਗਰ ਠੋਕ ਕੇ ਕਹਿੰਦਾ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਸਾਡੀ ਸਿੱਖ ਕੌਮ ਨੇ ਮੇਰੇ ਗੁਰੂ ਦੇ ਲੰਗਰ ਦੀ ਛਾਤੇ ਨਹੀਂ ਛੱਡੀ ਗੁਰੂ ਸਾਹਿਬ ਕਹਿੰਦੇ ਸੀ ਅਣਚੁੱਪੜੇ ਫੁਲਕੇ ਮੁੱਠਾਂ ਦੀ ਦਾਲ ਨਾ ਖਾਓ ਅਤੇ ਬਾਬਿਆਂ ਨੇ ਜਲੇਬੀਆਂ ਵਾਟਦੀਆਂ ਹਰ 5ਵੇਂ ਪੰਜਾਬੀ ਨੂੰ ਡਾਇਬਟੀਜ਼ ਹੈ ਕਿਵੇਂ ਬਚਾਂਗੇ ਅੱਧਾ ਪੰਜਾਬ ਤਾਂ ਅੰਨਾ ਹੋਣ ਦੇ ਕਿਨਾਰੇ ਹੈ ਇੱਕ ਫਿਗਰ ਹੋਰ ਸੁਣ ਲਓ 63% ਸਾਡੀ ਪਾਪੂਲੇਸ਼ਨ ਸੀ ਪੰਜਾਬ ਦੇ ਵਿੱਚ ਸਿੱਖਾਂ ਦੀ 57 ਰਹਿ ਗਈ ਭਈਆ ਸਥਾਨ ਬਣ ਜਾਣਾ ਜੋ ਆਖ ਸਾਰੇ ਭੱਜ ਗਏ ਸਾਡੇ ਕੈਨੇਡਾ ਇੰਗਲੈਂਡ ਅਮੈਰੀਕਾ ਨੂੰ ਪਿਛਲੇ ਸਾਲ 15 ਬੱਚੇ ਜਾਂਦੇ ਸੀ ਇੱਕ ਜਹਾਜ਼ 'ਚ ਨਵੇਂ ਬੱਚੇ ਜਿਹੜੇ ਜਾ ਰਹੇ ਸੀ ਹੁਣ 26 ਜਾ ਰਹੇ ਆ ਹਰ ਜਹਾਜ਼ 'ਚੋਂ 26 ਬੱਚੇ ਨਵੇਂ ਉਤਰਦੇ ਆ ਸੜਕਾਂ 'ਤੇ ਬੈਠੇ ਆ ਵਿਚਾਰੇ ਕਿਉਂ ਮੈਂ ਪੁੱਛਦਾ ਮਾਂ ਪਿਓ ਨੂੰ ਫਿਰ ਕਿਉਂ ਔਲਾਦ ਨੂੰ ਕੱਢੀ ਜਾਂਦੇ ਹਾਂ ਬਾਹਰ ਕਹਿੰਦੇ ਯਾਰ ਡਰੱਗ ਹੈ ਮਾਂ ਪਿਓ ਕਹਿੰਦੇ ਖੁਦ ਭੱਜ ਆ ਇੱਥੋਂ ਕਿਤੇ ਨਸ਼ਾ ਨਾ ਖਾਣ ਲੱਗ ਜੀ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਸੀ ਸਾਡੀਆਂ ਸਰਕਾਰਾਂ ਫੇਲ ਹੋ ਗਈਆਂ ਇੱਥੇ ਵਾਅਦੇ ਤਾਂ ਕਰਨੇ ਬਹੁਤ ਸੌਖੇ ਆ ਪਰ ਉਹਨਾਂ ਨੂੰ ਨਿਭਾਉਣਾ ਬਹੁਤ ਔਖਾ ਸਾਡੇ ਕੋਲ ਜੀ ਜਿੰਨੀ ਮਰਜ਼ੀ ਦਵਾਈ ਲੈ ਢੇਰ ਲੱਗੇ ਪਏ ਤੁਹਾਨੂੰ ਨਹੀਂ ਪਤਾ ਕਿੱਥੋਂ ਆਉਂਦੀ ਹੈ ਡੇਲੀ ਅਸੀਂ 40 ਪਿੰਡ ਚੈੱਕਅਪ ਕਰ ਦਿੰਦੇ ਸਾਡੇ ਕੈਂਪਾਂ ਦਾ ਦੁੱਖ ਭਰਿਆ ਨਜ਼ਾਰਾ ਲਿਆ ਕਰਵਾਉਣ ਕੇ ਠੀਕ ਹੈ ਜਦੋਂ ਤੁਹਾਡੇ ਕੋਲ ਟਾਈਮ ਮਿਲਦਾ ਨਾ ਪੰਜਾਬ ਜਾਂਦੇ ਹਾਂ ਜਿਹਦੇ ਘਰ ਕੈਂਸਰ ਨਾਲ ਮੌਤ ਹੋਈ ਹੋਵੇ ਉਹਦੇ ਘਰ ਜਾਇਆ ਕਰੋ ਤੁਹਾਨੂੰ ਬੜਾ ਦੁੱਖ ਭਰਿਆ ਨਜ਼ਾਰਾ ਮਿਲੇਗਾ ਇੱਕ ਤਾਂ ਆਰਥਿਕ ਬਰਬਾਦੀ ਹੋਈ ਹੁੰਦੀ ਹੈ ਘਰ ਦੀਆਂ ਕੰਧਾਂ ਬੋਲਦੀਆਂ ਵੀ ਇੱਥੇ ਆਰਥਿਕ ਬਰਬਾਦੀ ਹੋ ਗਈ ਉਹ ਲੈ ਕੇ ਭੱਜੇ ਫਿਰਦੇ ਆ ਵਿਚਾਰੇ ਲੋਕ ਇੱਕ ਤਾਂ ਰੱਬ ਉੱਪਰਲਾ ਗੁਰੂ ਸਾਹਿਬ ਇਹ ਸਾਡੇ ਨਾਲ ਧੱਕਾ ਨਹੀਂ ਕਰਦਾ ਇੱਕ ਥੱਲੇ ਰੱਬ ਹੈ ਜਿਹਨੂੰ ਆਪਾਂ ਦੂਜਾ ਰੱਬ ਕਹਿੰਦੇ ਸੀ ਡਾਕਟਰ ਉਹ ਵੀ ਬੇਈਮਾਨ ਹੋ ਗਏ ਉਹ ਇਹ ਨਹੀਂ ਕਹਿੰਦਾ ਵੀ ਇਹਨੇ ਨਹੀਂ ਬਚਣਾ ਇਹਨੂੰ ਘਰ ਲੈ ਜਾਓ ਦੇ ਟੀਕੇ ਦੇ ਟੀਕਾ ਦੇ ਫੜੀ ਜਾਂਦਾ ਪੈਸੇ ਉਹਨਾਂ ਤੋਂ ਧਰਤੀ ਵਾਲਾ ਰੱਬ ਵੀ ਬੇਈਮਾਨ ਹੋ ਗਿਆ ਸਰਕਾਰਾਂ ਤਾਂ ਹੈਗੀਆਂ ਹੀ ਆ ਜਿਹੜੇ ਗਰੀਬਾਂ ਦੀਆਂ ਦਵਾਈਆਂ ਬਾਹਰ ਹੀ ਵੇਚ ਜਾਂਦੇ ਆ ਕਿਸੇ ਸਰਕਾਰੀ ਹਸਪਤਾਲ ਸਿਰ ਦੁਖਦੇ ਦੀ ਗੋਲੀ ਹੈ ਸਾਧ ਸੰਗਤ ਜੀ ਪੁੱਛ ਲਓ ਕਹਿਣਗੇ ਜੀ ਲਿਆਓ ਬਾਹਰੋਂ ਲਿਖ ਕੇ ਲਿਆਓ ਗਾਲਾਂ ਅਸੀਂ ਸੈਂਟਰ ਗੌਰਮੈਂਟ ਨੂੰ ਕੱਢਦੇ ਹਾਂ ਟਰੱਕਾਂ ਦੇ ਟਰੱਕ ਮੈਡੀਸਨ ਦੇ ਪੁੱਛਿਆ ਸਰਕਾਰ ਦੇ ਹੈਲਥ ਮਿਨਿਸਟਰ ਨੂੰ ਮੈਂ ਦਿੱਲੀ ਮੈਂ ਕਿਹਾ ਯਾਰ ਤੁਸੀਂ ਸਾਡੀ ਪੰਜਾਬ ਸਟੇਟ ਨੂੰ ਸਾਨੂੰ ਪਹਿਲਾਂ ਪੰਪ ਦੇਤਾ ਅੰਨਦਾਤਾ ਸਟੇਟ ਦਾ ਹੈਲਥ ਮਿਨਿਸਟਰ ਨੂੰ ਗੱਲ ਗਈ ਕਹਿੰਦਾ ਫਿਰ ਮੈਂ ਕਿਹਾ ਇੰਡੀਆ ਭੁੱਖਾ ਮਰਦਾ ਸੀ ਸਾਊਥ ਇੰਡੀਆ ਅਸੀਂ ਅਨਾਜ ਦੇ ਢੇਰ ਲਾ ਦਿੱਤੇ ਪੈਦਾ ਕਰਕੇ ਝੋਨਾ ਬਣ ਗਏ ਕਹਿੰਦਾ ਠੀਕ ਹੈ ਮੈਂ ਕਿਹਾ ਯਾਰ ਅਸੀਂ ਤਾਂ ਆਪ ਵੀ ਮਰ ਗਏ ਅਤੇ ਗਾਂਹ ਵਾਲੀ ਪੀੜ੍ਹੀ ਵੀ ਮਾਰ ਲਈ ਹੁਣ ਤਾਂ ਸਾਡੀ ਗਾਂਹ ਫੜ ਲਓ ਦੂਜੀ ਗੱਲ ਇਹ ਕਹਿਤੀ ਮੈਂ ਰਾਤ ਦੀ ਗੱਲ ਕਰ ਰਿਹਾ ਸੀ ਮੈਂ ਕਿਹਾ ਕਈ ਵਾਰੀ ਚਾਈਨਾ ਦੇ ਬਾਰਡਰ 'ਤੇ ਅਤੇ ਪਾਕਿਸਤਾਨ ਦੇ ਬਾਰਡਰ ਤੋਂ ਨਾ 5 ਲਾਸ਼ਾਂ ਆਉਂਦੀਆਂ ਅਤੇ 4 ਸਿੱਖਾਂ ਦੀਆਂ ਹੁੰਦੀਆਂ ਹੁੰਦੀਆਂ ਨਾ 2% ਸਾਡੀ ਪਾਪੂਲੇਸ਼ਨ ਹੈ ਉਹਦੇ 24 ਲੱਖਾਂ ਬੰਦਾ ਸਾਡਾ ਬਾਹਰ ਬੈਠਾ ਮੈਂ ਕਿਹਾ ਯਾਰ ਕੁਛ ਤੁਹਾਨੂੰ ਸ਼ਰਮ ਨਹੀਂ ਆਉਂਦੀ ਕੋਈ ਡੰਡਾ ਵਰਤੋ ਵੀ ਜਿਹੜਾ ਤੁਸੀਂ ਦਵਾਈ ਭੇਜਦੇ ਆ ਵੀ ਕੌਣ ਖਾ ਜਾਂਦਾ ਵੇਚ ਕੇ ਕਿਸੇ ਸਰਕਾਰੀ ਹਸਪਤਾਲ 'ਚ ਦਵਾਈ ਨਹੀਂ ਉਦੋਂ ਹੀ ਲਿਖ ਦਿੰਦੇ ਆ ਬਾਹਰੋਂ ਲਿਆ ਗੁਲੂਕੋਜ਼ ਲਿਆ ਆਹ ਲਿਆ ਆਹ ਲਿਆ ਆਹ ਹਾਲਤ ਹੋਈ ਪਈ ਹੈ ਆਪਾਂ ਦਿੱਲੀ ਨੂੰ ਗਾਲਾਂ ਕੱਢਣ ਤੋਂ ਪਹਿਲਾਂ ਅਸੀਂ ਵੀ ਦੇਖੀਏ ਵੀ ਸਾਡਾ ਕਰੈਕਟਰ ਕਿੱਧਰ ਨੂੰ ਤੁਰ ਗਿਆ ਮੈਂ ਗੁਰਸਿੱਖ ਬਣ ਗਿਆ ਅਤੇ ਦਵਾਈ ਗਰੀਬ ਦੀ ਵੀ ਖਾਈ ਹੈ ਫਿਰ ਡਰਦਾ ਮੈਂ ਗੁਰੂ ਤੋਂ ਕਿ ਅਫਸਰ ਕੌਣ ਹੈ ਯੂਪੀ ਬਿਹਾਰ ਦੇ ਤਾਂ ਨਹੀਂ ਗਏ ਸਾਡੇ ਪੰਜਾਬ ਦੇ ਹੀ ਆ ਪੁਲਿਸ ਵਾਲੇ ਵੀ ਸਾਡੇ ਆ ਡੀਸੀ ਵੀ ਸਾਡੇ ਹੀ ਆ
वह भी आपदी जिम्मेदारियों तो भज रहे, वह भी सानू लुटन लगे। पर जिथे जिस कौम के उत्ते गुरु साहब की कृपा हो मार नहीं सकता, कोई कुदरती अकाल पुरख होर चंगे चंगे लोग पैदा करी जाता। मैं थोड़ा एक बेनती करना, जो तो भी आपके पिंड जाने होंगे आपका दान आपके पिंड से करो, मैं थोड़ा थोड़े पिंड लै चल, ठीक है। कोई उत्थे माँ विधवा औरत है, कोई विधवा बच्चिया बच्चिया मतलब माँ प्यो मर गया, उन्होंने पढ़ा दिया करो, एजुकेशन दे दिया करो, ठीक है। कापियां किताबा लै दिया करो, पिंड डिस्पेंसरी खोल दौ, ठीक है। सतसंग जी ये ना सोचो कि मैं गुरु तो बाहर हाँ, मैं पहला क्लीन शेप थोड़े को खड़ा, मैं इसे बापू के पैरी हाथ लाऊंगा, जहाज चढ़न वेले भी तो उतरन वेले भी, चंगे साधु संत का सत्कार करना पर पैरी हाथ नहीं लाऊंगा तो ना ही लाऊंगा। मैं यही अरदास करता हूँ गुरु ग्रंथ साहब अगे कि इदा ही रखी, क्यों 1708 के जो गुरु गोबिंद सिंह जी गए तो अपनी बांह किनू फड़ा के गए थे, गुरु मान्यो ग्रंथ फड़ाई सी ना, तो फिर छड़ के कोई 7 साल भज गया तो कोई 10 साल भज गया, मेरे अगर कहते दो तीहां हो जाए असाधा मगर मुंडे लैन भज लेंगे भजदे ना, इसे बापू के रहा करो। ये भी एक कैंसर बन चुका साढ़े उत्ते, आपके गुरु को छड़ के भज जाना। गुरु साहब के किसी बच्चे की जन चढ़ी सी गुरु गोबिंद सिंह जी ने, मैं सवाल करता साहब सिंह जी, चारे बच्चे साढ़े से बाहर गए तो वो ताली भजे छड़ के 42 साल की उम्र चले गए, असी उन्हों की लाल है यार, उन्होंने बच्चे हैं, ठीक है। गुरु ग्रंथ साहब की असी बेअदबी उदों होंदी है, बेअदबी तो अगे भी हुई सानू इंसाफ नहीं मिलिया, पर बेअदबी मैं एक होर कहना, इतने साध बैठा होंगे उन्होंने असी $500 तो गुरु साहब को $20 दो जवाब करते हैं, भी साहब देखता भी कुलवंत सिंह इंग्लैंड वाले ने मैं £500 टेकया, वो गुरु बोलता नहीं भावें पाटे पा दे गोल बोल वो नहीं बोलता, वो भावें खड़ के मूल मंत्र सुना दे एक बार वो फिर भी नहीं बोलता। असी गुरु ग्रंथ साहब की बेअदबी करते हैं जो साध को 500 टेकते हैं, किसी साधु संत ने हस्पताल बनाया होने एक दो किसी ने बनाया दसो। एक सवाल होर, असनेहा लै जो घर बीबीओ, सिख कौम को एक भी हस्पताल है नहीं जिते गरीब बढ़ जाए फ्री दवाई मिल जाए, है तो करवा थोड़े नहीं ना ही हिंदुआ को मर रहे हैं लोग कहते मरण उत्थे अमीर का इलाज करा लेता गरीब ऐसे ऐदा ही तुर जाते, ठीक है। आओ सतसंग जी पतवाई के लंगर लाइए, जिंदगी दे विच रेलगड्डी दो गटर से चलती है, कि एक तो साढ़े गुरु साहब की बाणी की एक मनुखता की सेवा दी, गुरु साहब ने बार बार चीख चीख के कहा तो मनुखता की सेवा ना उत्ते कोई सेवा नहीं हुई, ठीक है। एक शब्द सी पड़ पड़ कसाता गरीब का मोह गुरु की गोल कहने ना, तो किन्या करे गरीब उस गोल में कभी कुछ पाया, गरीब का मोह गुरु की गोल कहना तो बहुत सौखा, मैं 10 बारी पढ़ देना सतनाम वाहिगुरु समाधा भला 50 बारी कवा लू, पर गुरु साहब कहते किसी का किता भी है। मेरी घरवाली ने मेरे बच्चे का जन्मदिन इंग्लैंड च, मैं नहीं आप किसी दवाई च ही पाया करिए, उन्हें पैसे 10,000 रुपया इकट्ठा करके मैं देता, कहते चलिया उत्थे जिथे मर्जी लाया आई, चाहे गुरु रामदास के लंगर च पाया आई जिथे मर्जी, मेरे नाल की तौतक होया। प्रताप सिंह बाजवा गुरदासपुर जिले का, उत्थे साडा कैंप सी, उत्थे कैंप ते गया, ये मेरी जिंदगी दी सब तो ईमानदार औरत मिली, तो सब तो गरीब औरत तो सब तो अमीर औरत सी, वह दो घंटे तो वेट कर रही थी मेरी, तो मेरी डॉक्टर कुड़ी कहती जी एक बीबी थोड़ा मिलना चाहती है, मैं क्या चल पहले माता में मिलते हैं, पर टुटिया भी चप्पल पट्टी भी चुन्नी तो खंघ आवे बुरा हाल, तो चुन्नी दे लड़ो 20 रुपये खोल के कहती पुत मैं तेन उड़ीक दी सी, चुन्नी दे लड़ 20 रुपये बनी बैठी सी तो मैनू दते, मैं क्या जी मैथों भी कुछ लेगी, कहती नहीं मैं नहीं कुछ लेना तेरे को, इन्नी अमीर दिल की सी औरत, मैं क्या मैं 20 रुपये नहीं लेने जे तू नहीं लेने। मनाली डॉक्टर कुड़ी की ड्यूटी लाई, मैं क्या आ मेरे घर वाली ने 10,000 दिता सी कि लंगर च किसी सहज पाठ, मैं क्या मां से खर्च दे खर्चता, तो उदू बाद चलिया गया गुरु रामदास को हरिमंदर साहब, तो गुरु रामदास ने हाथ जोड़ के 5 वारी मूल मंत्र सुनाता, मैं क्या बापू जी तेरा दान तो मैं राजी बन रहा, मेरे को तेन मत्था टेकन है नहीं, कर लो गए करना पैना, एक तुरी फिर गोलक थोड़े सामने आती है
उस गोलक को पछाणिया करो। ये गोलक नूं भी ये तो साडे गुरु दी गोलक है, साडा सिख कौम दा नाम दुनिया च कोड दे विच इंग्लैंड सरकार ने सानूं अवार्ड दित्ता जी, कैनेडा ने दिता, अमेरिका ने दिता, न्यूजीलैंड ते आस्ट्रेलिया कि सिख कौम ने कोड दे विच जो गुरु दे लंगर लाए एक मिसाल पैदा कर दी। जिहड़े 2% आ पांच कंट्रियां ने टॉप दा ने साडे सोने दे मैडल पाए साडे गलां च, क्यों पाए? इस गुरु दे लंगर करके गुरु। परंतु मैं नाल बेनतियां ये भी करदा अपन दवाई के लंगर भी बराबर रखने, आप किसी माँ भैन को बजाई नहीं मर देना। थोड़े नाल वादा ठंडे दे स्टेशन से एक वादा किया गुरु साहब ने, उन्हें पूरा कर दिता तो मैंने हम जिंदगी जीवन का कोई मिशन नहीं रहा। मैं कहा कि ट्रेन बंद करके मरूंगा, वो ट्रेन बंद हो गई, हम बाकी की जिंदगी मेरी बोनस है, जिन्हें सह देते वह भी कैंसर ले लाऊंगा। बेनतियां करना जी, मैं धन्यवाद करना वीर जी कुलदीप सिंह टुटर का, हरदीप सिंह जिन्होंने मैंने इतने बुलाया, मेरा कोई प्रोग्राम तो नहीं वापस जाना सी इंग्लैंड, तो मैं इन्होंने कहा कहते की करिए, मैं क्या जो कुछ करना चाहते हैं ना अखा पाक पाक सीटी जाते हैं लोगों के जिन्होंने डायबिटीज हो जाती है ना, और इतने किन्ने ऑपरेशन होते अखा के सवाल है थोड़े अगर इतने ना चैकअप करके एन कला देंगे भी आह नंबर की ला ला तो आह नंबर की ला ला, ठीक है। एंड उत मावा यह नहीं पता लगता कि मैं शुगर की बीमारी है डायबिटीज का, ठीक है। एंड असी 1 अगस्त तो लैके 15 अप्रैल तक 1 लाख गरीब माँ भैन एनक देनी है, वो एनक की कीमत 100 रुपया साढ़ा इंग्लैंड का एक फोन बनता है। किसी ने भी कोई दान करना हो, परंतु मैं पैसे को हाथ लाना अलाउड नहीं। वीर जी कुलदीप सिंह जी बैठे इतने, कोई भी वह दान कर सकता, एक असी अखा की बस 2 मैं इंग्लैंड को बढ़ा के भेज दिखा 1.5 करोड़ दी जी, जो इंग्लैंड सरकार मेरी वाइफ में दिंदी है ना, तो मैं पंजाब दिया मेरी माँ भैन ताइया चाचिया बिल्कुल फ्री दे रहा, कोई दवाई कोई कैंसर का टैसट 8 किस्म का कैंसर से सड़क से खड़ के टैसट कर देते हैं जी बिल्कुल फ्री, कोई 16.5 साल का रिकॉर्ड है, कोई कह दे भी किसी गरीब तो 1 रुपया भी लिया ना तो मैंने टैलीविजन पर बिठा लिया, पुछो 1 रुपया भी किसी को लेना, तो मोदी जी मैंने कहता 10 तरीक थोड़े को पैसा कितों आता, मैं कह तू तो प्रधानमंत्री है तुम मुल्क दे, असी तो दान कट्ठा करते हैं तो आपके लोगों से लाने हैं, कहते बहुत वधिया काम है। उन्हें देखा गुजरात के साड़ी कितने गुरद्वारा साहब गुजरात के पहला वो बनया कि असी उत्थे गए, उन्होंने भी पता लग गया भी सिख कौम दवाई दे लंगर लाने वाली है, ठीक है। तो राजनाथ ने भी बेनती कर दी जिहड़े साढ़े डिफेंस मिनिस्टर है, मैं कहा इन्ना धक्का ना करो कि 5 लाशों के 4 सिखां दी होण ते 1 साढ़े हिंदू वीर की हो गई, तो असी 2% हैं सानू बार्डर से इन्हें धक्की चलो। तो 24 तरीक न राजनाथ जी चंडीगढ़ बुला लिया, मैं इतों वापस मैं फिर उत्थे जाना 24 तरीक न असी चंडीगढ़ के आले दुआले गरीब बस्तियां चैकअप करा सत्संग जी, असी पंजाब के दुख उन्होंने टाइम टू टाइम गल्लां बातें करते रहने हैं, पर जे आपां किसी नूं गालां कढ लईए फिर कोई गलबात नहीं, बैठ के गलबात करो उन्हां नूं समझाओ। जदों ये गल कही इहदे च कोई भज नहीं सकता कि पंजां चों 4 साडियां लाशां किवें दस की जवाब देणगे, मैनूं कोई है जवाब उहनां कोल, परंतु ये ता ही हुई जी उन्होंने गलबात की, ठीक है। हुण प्रॉपर फिर गलबात करांगे असीं तुहाडे नाल, मेरी मामा भैणों सेहत का ख्याल रखना, हाँ खंड शुगर बहुत पैड़ी है, ठीक है। एंड एक हुणे खोज हुई है अमेरिका के विच हर बंदे दे सैल कैंसर के सैल पए थोड़े अंदर, ठीक है, उंदोड़े जे पए क्योंकि उन्हां दी असली खुराक खंड है, तो जो खंड के नाल फिर जाग पैंदे, ठीक है। जिवें घर च अपने सिलेंडर नहीं पिया हुंदा गैस वाला, तो जिन्ना चिर आपां नूं तीली नहीं लाउंदे उह अग नहीं बढ़दी, सारिआं दे अंदर कैंसर दे सैल है, तो आपां शुगर तो थोड़ा जिहा बचाव जे अज चक के वाइट शुगर रसोई चों सुट दिओ ना, तो मैं गरंटी दे जांदा वी तुहानूं कैंसर नहीं होऊगा, तो जिहड़ी डायबिटीज आ उह वी कंट्रोल हो जाऊगी। इहदी सुण लो एग्जाम्पल, जिस दिन मेरा जन्म होया उदन गुड़ वंडिया लड्डू वंडे वी साडे मुंडा जम्मिआ ना, फिर मेरी माँ मैंने दाखिल कराया इस स्कूल 6 साल दे, फिर 11 का हो गया, फिर मेरे माँ बाप ने मैं विद्या बड़ी वधिया दित्ती DAV कॉलेज जलंधर पढ़ाया, फिर लड्डू वंडे, फिर मेरी इंगेजमेंट हुई इंग्लैंड च मंगना होया पंजाबी च, फिर लड्डू वंडे, फिर मेरा ब्याह होया, मेरे 2 बेटे होए, फिर लड्डू, फिर कुलवंत सिंह मर गया, फिर जलेबियां पकाइया, बोलो करदे हैं जन्म तो लैके मरण तक शुगर ची है, शुगर बहुत भैड़ी बीमारी है, इन्हों कहते हैं साइलेंट किलर, चुप करके मार दी अखा तो इन्ना कर दी है, ठीक है।
परंतु बड़ा नुकसे पैदा हो गया हुआ जिहड़े कैंसर दे सैल्स है वो शुगर उन्हां दी खुराक है ठीक है फिर जदों उन्हां नूं खुराक मिलदी है दो तो चार चार तो अठ ते साडे कोल जदों आउंदा ते असीं कहिंदे रहे भाई तेरे तीन महीने रहे ते अज तों वाइट शुगर रसोई चों चक के बाहर सुट दिओ थोड़ी जी शक्कर पा लिया करो ते थोड़ा जिहा गुड़ ठीक है स्ट्रैस सब तो वड्डी बीमारी है बिगेस्ट किलर है ਤੁਹਾਡੇ 'ਚ ਕੋਈ ਹੈ ਜਿਹਨੇ ਪੰਜ ਬੰਦਿਆਂ ਨਾਲ ਆਪਦੀ ਲਾਤ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵਿਆਹੀ ਹੈ ਸਿਰਫ ਪੰਜ ਬੰਦਿਆਂ ਨਾਲ ਹੱਥ ਖੜਾ ਕਰੋ ਕੋਈ ਵੀ ਨਹੀਂ ਨਹੀਂ ਅਤੇ ਕਿਉਂ ਧੀਆਂ ਦਾ ਲੱਕ ਤੋੜਤਾ ਤੁਸੀਂ ਸਿੱਖ ਕੌਮ ਕਹਿੰਦੀ ਹੈ ਅਕਾਲ ਪੁਰਖ ਤੋਂ ਮੰਗੋ ਦੇ ਕੇ ਨਹੀਂ ਪਛਤਾਉਂਦਾ ਵੀ ਤੂੰ ਤੁਹਾਡੇ ਵੱਲ ਤੁਹਾਡੇ ਹੱਕ ਦੀ ਗੱਲ ਕਰਦਾ ਸਿੱਖ ਕੌਮ ਕਹਿੰਦੀ ਹੈ ਰਾਗੀ ਢਾਡੀ ਵੀ ਵੀਰ ਪੜ੍ਹਦੇ ਆ ਸਿੱਖ ਕੌਮ ਕਹਿੰਦੀ ਆ अकाल पुरख तो मंगो दे के नहीं पछताउंदा 95% सिखां दे उंगलां च मुंदरियां धीआं दियां दिओ जवाब तुहानू पुछदा आज ना सौदे हुंदे गुरु ग्रंथ साहिब दी हजूरी च धीआं दे कोई नहीं बोलदा आ वीर नहीं बोलदे तुहाडी ड्यूटी है तुहानू गुरु साहिब ने बहुत सोहणी स्टेज दित्ती है उहनू टोकिया करो एक चीज़ दा माण है मैनू मेरे बाप ने मैनू पंज बंदिआं नाल विआहिआ सी ਤੇ ਮੈਂ ਉਸ ਪਰਿਵਾਰ ਦਾ ਜਵਾਈ ਹਾਂ ਜਿਨ੍ਹਾਂ ਦੇ ਘਰ ਉਦੋਂ ਸਿੰਘ ਠਹਿਰਿਆ ਸੀ ਤੇ ਮੇਰੇ ਬਾਪ ਮੈਨੂੰ ਤੰਗ ਹੀ ਕਰਦਾ ਰਿਹਾ 20 ਸਾਲ ਤੈਨੂੰ 1 ਰੁਪਇਆ ਨਾ ਵਿਆਹਿਆ ਮੈਂ ਕਿਹਾ ਯਾਰ ਮੇਰਾ ਬੇਟਾ ਬਾਰਿਸਟਰ ਬਣ ਗਿਆ ਜੀ ਆਕਸਫੋਰਡ ਤੋਂ ਅਤੇ ਮੈਂ ਕਿਹਾ ਹੁਣ ਇਹਦਾ ਵਿਆਹ ਕਰਨਾ ਅਤੇ ਹੁਣ ਬਾਪ ਦੀ ਲੀਹ ਵੀ ਤੋੜ ਦੇਣੀ ਹੈ ਅਤੇ ਮੈਂ ਆਪਦੇ ਬੇਟੇ ਨੂੰ ਧੀ ਵਾਲਾ ਤੋਂ 1 ਰੁਪਇਆ ਵੀ ਨਹੀਂ ਲਿਆ 40 ਮਿੰਟ 'ਚ ਪਟਿਆਲੇ ਦੇ ਗੁਰਦੁਆਰੇ 'ਚੋਂ 40 ਮਿੰਟ 'ਚ ਬਾਹਰ ਅਤੇ ਉਹਨਾਂ ਨਾਲ ਮੈਂ ਸੌਦਾ ਕਰ ਲਿਆ ਮੈਂ ਕਿਹਾ ਯਾਰ ਪੰਜ ਬੰਦੇ ਸਾਡੇ ਆਉਣਗੇ ਅਤੇ ਪੰਜ ਆਉਣਗੇ ਤੁਹਾਡੇ ਅਤੇ 11ਵਾਂ ਸੀ ਗਿਆਨੀ ਜੀ ਅਤੇ ਮੇਰੀ ਵਾਈਫ ਅਸੀਂ 6 ਹੋਣ ਲੱਗ ਗਏ ਸਤਸੰਗ ਜੀ ਅਤੇ ਮੇਰੀ ਵਾਈਫ ਕਹਿੰਦੀ ਮੈਂ ਘਰ ਆਉਂਗੀ ਮੇਰੀ ਵਾਈਫ ਮੇਰੇ ਬੇਟੇ ਦੇ ਵਿਆਹ 'ਤੇ ਨਹੀਂ ਆਈ ਮਾਂ ਨੂੰ ਕਿੰਨੀ ਪਛਿਖਦੀ ਹੈ ਪਰ ਅਸੀਂ ਆਪਦੇ ਸੂਲ ਨਹੀਂ ਤੋੜੇ ਸਿੱਖ ਕੌਮ ਨੂੰ ਮਹਿੰਗੇ ਵਿਆਹਾਂ ਨੇ ਮਾਰਤਾ ਅਤੇ ਭੋਗ ਮੰਗਣਿਆਂ ਨੇ ਮਾਰਤਾ ਕੋਈ ਨਹੀਂ ਬੋਲਦਾ ਮੈਨੂੰ ਅੱਜ ਦੁੱਖ ਹੈ ਤੁਹਾਡੇ 'ਚੋਂ ਇੱਕ ਬੰਦਾ ਵੀ ਨਹੀਂ ਜਿਹਨੇ 5 ਬੰਦਿਆਂ ਨਾਲ ਲਾ ਲਿਆ ਜੀ ਕਿਉਂ ਮੰਗਦੇ ਆ ਫਿਰ ਅਕਾਲ ਪੁਰਖ ਤੋਂ ਤਾਂ ਦੇ ਕੇ ਨਹੀਂ ਪਛਤਾਉਂਦਾ ਧੀ ਵਾਲੇ ਨੂੰ ਨੀਂਦ ਨਹੀਂ ਆਉਂਦੀ ਜਦੋਂ ਕਹਿੰਦੇ ਨੇ 1000 ਬੰਦਾ ਆਉਣਾ ਆਉਂਦੀ ਨੀਂਦ ਨਹੀਂ ਆਉਂਦੀ ਇਸੇ ਕਰਕੇ ਦੁਨੀਆ ਕਹਿੰਦੀ ਹੈ ਸਾਡੇ ਧੀ ਨਾ ਹੋਵੇ ਉਸੇ ਕਰਕੇ ਵੀ ਪੱਥਰ ਕਹਿੰਦਾ ਇੱਕ ਵਾਰ ਇੰਗਲੈਂਡ ਦੀ ਸੁਣ ਲਓ ਸਾਡੇ ਉੱਥੇ ਕੈਂਸਰ ਰਿਸਰਚ ਦੇ ਵਿੱਚ ਮੀਟਿੰਗ ਸੀ ਅਤੇ ਮੈਨੂੰ ਕੁਲਵੰਤ ਸਿੰਘ ਨਾਂ ਘੱਟ ਹੀ ਲੈਂਦੇ ਆ ਕਹਿੰਦੇ ਕੈਂਸਰ ਵਾਲਾ 2 ਬੀਬੀਆਂ ਬੈਠੀਆਂ ਮੈਂ ਉਹਨਾਂ ਨੂੰ ਫਤਿਹ ਬੁਲਾਈ ਮੈਂ ਕਿਹਾ ਮਾਤਾ ਜੀ ਤੁਸੀਂ ਠੀਕ ਹੋ ਕਹਿੰਦੀਆਂ ਹਾਂ ਪੁੱਤ ਕਹਿੰਦੇ ਸਾਡੀ ਨੂੰਹ ਨੂੰ ਇੱਥੇ ਬੱਚਾ ਹੋਣ ਵਾਲਾ ਅਤੇ ਮੈਂ ਕਿਹਾ ਕੋਈ ਗੱਲ ਨਹੀਂ ਵੀ ਹਸਪਤਾਲ ਹੈ ਘਬਰਾਓ ਨਾ ਤੁਸੀਂ ਚਿੰਤਾ ਨਾ ਕਰੋ ਵਧੀਆ ਡਾਕਟਰ ਹੈ ਇੱਥੇ ਕਹਿੰਦੇ ਨਹੀਂ ਸਾਡੇ ਅੱਗੇ ਇੱਕ ਪੋਤੀ ਹੈ ਕਿਤੇ ਇੱਕ ਪੱਥਰ ਹੋਰ ਨਾ ਆ ਜਾਵੇ ਸੁਣਿਓ ਉਹ ਘੰਟਾ ਕੁ ਸਾਡੀ ਮੀਟਿੰਗ ਚੱਲੀ ਜੋ ਵਾਪਸ ਮੁੜ ਕੇ ਆਇਆ ਤੂੰ ਬੇਬੇ ਫਿਰ ਬੈਠੀ ਮੈਂ ਕਿਹਾ ਮਾਤਾ ਜੀ ਤੁਹਾਡੀ ਨੂੰਹ ਰਾਣੀ ਠੀਕ ਹੈ ਕਹਿੰਦੇ ਪੁੱਤ ਉਹ ਤਾਂ ਠੀਕ ਹੈ ਸਾਡੇ ਇੱਕ ਪੱਥਰ ਹੋਰ ਆ ਗਿਆ ਮੈਂ ਤਾਂ ਫਿਰ ਰਿਹਾ ਆ ਗਿਆ ਕਿਉਂਕਿ ਸਾਡਾ ਪਿੰਡ ਰਾਉ ਕੇ ਤਮੜੇ ਆ ਮੈਂ ਕਿਹਾ ਮਾਂ ਤੂੰ ਵੱਡਾ ਪੱਥਰ ਹੈ ਤੂੰ ਵੀ ਧੀ ਸੀ ਕਿਸੇ ਵੇਲੇ ਕਿਸੇ ਦੀ ਠੀਕ ਹੈ ਅਸੀਂ ਧੀਆਂ ਦਾ ਵੀ ਸਤਿਕਾਰ ਕਰਿਆ ਕਰੀਏ ਸਤਸੰਗ ਜੀ ਜਿਸ ਦਿਨ ਧੀ ਜੰਮਦੀ ਹੈ ਉਸੇ ਦਿਨ ਤੋਂ ਮਾਂ ਬਾਪ ਤਾਂ ਹੀ ਉਦਾਸ ਹੋ ਜਾਂਦੇ ਆ ਕਿ ਧੀਆਂ ਦੇ ਦੁੱਖ ਬਹੁਤ ਹੈ ਸਾਡੇ NRI ਆਉਂਦੇ ਆ ਵਿਆਹ ਕੇ ਲੈ ਜਾਂਦੇ ਆ ਛੱਡ ਦਿੰਦੇ ਆ ਸਿੱਖ ਕੌਮ ਦਾ ਡਾਇਵੋਰਸ ਰੇਟ 47% ਹੈ ਇਸ ਵੇਲੇ ਅਤੇ ਪਿੱਛੇ ਚਲੇ ਜਾਓ ਸਾਡੀ ਮਾਸੀ ਭੂਆ ਤਾਂ ਕਦੇ ਤਲਾਕ ਹੋਇਆ ਸੀ ਜਿਹਦੀ 4 ਲਾਵਾਂ ਦੇ ਵਿੱਚ ਬਾਂਹ ਫੜਦੀ ਆਪਾਂ ਕਦੇ ਨਹੀਂ ਛੱਡਦੇ ਸੀ ਠੀਕ ਹੈ ਅਸੀਂ ਇੰਨੇ ਫੇਲ ਹੋ ਗਏ ਅਤੇ ਮੈਨੂੰ ਇੱਕ ਡਾਕੂਮੈਂਟਰੀ ਬਣੀ ਉਹ ਕਹਿੰਦੇ ਯਾਰ ਤੁਸੀਂ ਢੋਲਕੀਆਂ ਬਹੁਤ ਪੁੱਟਦੇ ਆ ਅਤੇ ਗੁਰੂ ਦੀ ਗੱਲ ਕੋਈ ਨਹੀਂ ਮੰਨਦੇ ਮੈਂ ਕਿਹਾ ਦੱਸ ਕਹਿੰਦਾ ਜਿੱਦਣ ਕੁੜੀ ਜੰਮੀ ਉਦਣ ਤੂੰ ਸਿਰ ਸੱਟ ਲਿਆ ਮੈਂ ਕਿਹਾ ਠੀਕ ਹੈ ਫਿਰ ਕਹਿੰਦਾ ਉਹਦਾ ਵਿਆਹ ਹੋਇਆ ਉਹਨਾਂ ਨੇ ਦਾਜ ਮੰਗ ਲਿਆ ਤੂੰ ਸਿਰ ਫੇਲ ਸੁੱਟ ਲਿਆ ਫਿਰ ਉਹ ਵਿਆਹੀ ਗਈ ਕੁੜੀ ਚਲੀ ਗਈ ਉਹਦੇ 2 ਧੀਆਂ ਹੋ ਗਈਆਂ ਸੱਸ ਕਹਿੰਦੀ ਮੁੰਡਾ ਲਿਆ ਫਿਰ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਸ਼ਬਦ ਪੜ੍ਹਦੇ ਹਾਂ ਸੋ ਕਿਉਂ ਮੰਦਾ ਆਖੀ ਜਿਤ ਜੰਮੇ ਰਾਮ ਬਾਬੇ ਨਾਨਕ ਨੇ 500 ਸਾਲ ਪਹਿਲਾਂ ਲੱਗੇ ਵੀ ਔਰਤ ਨੂੰ ਮਾੜਾ ਨਾ ਕਹੋ ਉਹ ਜਨਨੀ ਹੈ ਫਿਰ ਕੈਂਸਰ ਨੇ ਵੀ ਨਹੀਂ ਬਖਸ਼ਿਆ ਉਹਨੂੰ ਔਰਤ ਨੂੰ ਕਿਉਂਕਿ ਮੇਰੀ ਮਾਂ ਨੇ ਮੈਨੂੰ 9 ਮਹੀਨੇ ਪੇਟ 'ਚ ਰੱਖਿਆ ਸੀ ਨਾ ਛਾਤੀ ਦਾ ਕੈਂਸਰ ਅਤੇ ਬੱਚੇ ਦਾ ਜਿਹਦਾ ਔਰਤ ਨੂੰ ਹੀ ਚਿੰਬੜਦਾ ਫਿਰ ਉਹ 40-45 ਸਾਲ 'ਤੇ ਉਹ ਮਾਂ ਨੂੰ ਮੇਰੀ ਭੈਣ ਨੂੰ ਕੈਂਸਰ 'ਚ ਘੇਰ ਲੈਂਦਾ ਫਿਰ ਮਰ ਜਾਂਦੀ ਹੈ ਕੰਮ ਕਰਦੀ ਕਰਦੀ ਸ਼ਾਇਦ ਸ਼ਰਾਬੀ ਹੱਥ ਸੱਸ ਬੈਠ ਤੋਂ ਕੁੱਟ ਵੀ ਖਾਂਦੀ ਮੈਨੂੰ
गुरु ग्रंथ साहब की हजूरी च बैठे हैं, कुटी खाती है मर जाती है। तो मैं किसी ने कहा भी डेड बॉडी दखा क्यों खुलियां रह जाए, कई औरत मर जाती है अखा खुलियां रह जाए। फिर मैं जवाब दिता, फिर वो आपका खप्पड़ भी पेक्या तो उड़ीकती है, वाह सिख कौम के वारस हो अखीरले कपड़े भी उतों आ गया जितों दाज लिया। मैं आपकी वाइफ के 5 मीटर लट्ठा नहीं पा सकता, यानी कि आ हालत है सिख कौम की, अखीरले कपड़े औरत दे उतों ही आ जितों दाज लिया। वाह, मैं कहना थोड़े कोई हक नहीं गुरु ग्रंथ साहब रखना कि गुरु की गल नहीं मननी। बाबे नानक ने उस वेले सती प्रथा बंद की, ये भी साडे समाज के उत्ते कलंक है, कैंसर है, ये आप ठीक कर सकते हैं। थोड़े जे जिम्मेदार नागरिक बनो, ये तो मंगया करो, बहुत कुछ दे दिता भाई। जो कैंसर का काम कर लगे पता नहीं कितों गुरु साहब ने इन्नी कृपा की है, मैं तो कहीं कारोबार देखा भी नहीं, वो आपे ही छड़ता लगे जिम्मे धन्ने भरते छड़ता से, थोड़ा विश्वास होना चाहिए। ठीक है, ये मेरिया बेनतियां जरूर प्रवान करो, गल् चौंकिया हो, पर मित्रों करेला चंगा होंगे शुगर की बीमारी लिए, ना करेला चंगा होंगे, क्योंकि मैनू मत्ता ना दया करो कि पग बन ला तो दाढ़ी रख ला, मैं जिहड़ा हैगा रहण दिओ, सरकार दे भी मैं गल च जूड़ पाउना, तो पंजाब का कला कला पिंड चेकअप करके मरूंगा, थोड़े ही रह गए उन्ना कद जिंदगी मैनू उन्हें दे देनी है। गुरु साहब ने कितने साडे कैंपा जाण के ना दवाई दे लंगर देख लिया करो, ये लगते हैं गरीब नू फ्री दवाई मिलती है ना, पूरा आण के पूरा गेड़ा दया करो। मैं एबसेंट भी होवां, साडे डाक्टर नर्सां नू भी चेकअप कर लिया करो कि कितने वो तो नहीं खाई जाते। ठीक है, तुसीं भी दवाई दे लंगर लाओ। ठीक है, किसी गरीब नू दवाई दवा के देखो, उहदे अंदरों फिर एक सीस निकलती है। ठीक है, मैं जदों पहले अखां दे कैंप ते आया तो एक माँ बस च बैठी अखां चेकअप करा रही थी, असीं 2 बसां इंग्लैंड तो भेजियां जी अखां दी बना के, ते डॉक्टर साहब कहिंदे जी माता जी नू ऐनकां दी लोड़ है ते तुसीं लाओ। ते मैं ऐनकां चक के माता दे ना ला दो ऐनक लाई, साध संगत जी मेरी वो जिंदगी का सब तो वधिया दिन सी, वो गरीब कहिंदी पुत मेरे कोल तां पैसे ही नहीं, मैं नहीं लैने, माँ कहिंदी। तो मैं क्या माँ ये फ्री है, मुफ्त है, 100 रुपये की ऐनक का साडा 1 पाउंड है, पर माँ के मूँह ते खुशी देखने वाली सी। फिर माँ के अंदरों कुदरती कोई सीस निकलूगी, वो गल पुरख नूं मंजूर हुंदी है। साध संगत जी साडे ब्याह साडे मरने भोग करो, ठीक है, साडा जीवन जिओ, एक रसोई ठीक कर लो यार, अखीरली लाइन दे यार, रसोई के कल पत्थर ना लाउण लग जाओ, रसोई का पानी साफ होना चाहिए, दुध साफ होना चाहिए, सब्जियां फर्टिलाइजर पेस्टिसाइड तो बिना होनी चाहिए, फल फ्रूट साफ सुथरा होना चाहिए। अगे मेरी माँ वो गोहे का पोचा लगाती थी ना चुल्हे, तुहाडे भी लाउंदियां होनियां, तो उदो साडा खाण पान साफ सी, हुण खाण पान खराब कर लिया, वो पत्थर ला लिया, यूनिट ला लिया, पत्थर खाना यार, आपां जट बंदे आ पिंडां वाले आ, आपदा खाण पान साफ सुथरा रखो। एक जिते जाने प्लास्टिक की बोतल जी दे दे पानी, पिंडा च भी जाने, मैं उन्होंने पुछता यार मझ नूं कित्थों पाउणे पैणे, 50 किलो पानी पीना, 5 किलो दुध देना, वो कहिंदे छप्पड़ दा पीन्दी है, जिहड़ी मझ 50 किलो गंदा पानी पीऊ वी दुध वी गंदा ही देणा। आपां सारा सिस्टम खराब करी बैठे हैं, आओ आपां सिस्टम नूं ठीक कर सकदे हैं। ठीक है, एंड साडे वर्ल्ड कैंसर का किसी नूं कोई कंप्लेंट होवे तो मेरे ठोक के मैं लाभा भी दे सकते हो, मेरी झोली अड्डी है, मैंने चंगा ना कहा करो सत्संग जी, इस गुरु साहब की कृपा। एक आप मर जाना एक दिन है ना, आप सिव्या जी खड़े होंगे पहला अपने अग जे चिट्टे लीड़े साढ़े इंग्लैंड का कोटपेंट पाते हैं, असल लोग मैं लिख के देता, मैं क्या भगवान ने कोटपेंट ना पा दी जे मैं तेरे को पहला चलिया गया, कहीं फिर मैं क्या ये 300-400 पाउंड का कोटपेंट तू साड़ेगी ये किसी भैन के छाती के कैंसर का इलाज करा दी, तो मैंने 5 मीटर लट्ठा पा दी, कहीं फिर मैं क्या 5 मीटर लट्ठा भी अग ने ला लेना, उन्हें कहना कुलवंत सिंह तेरी माँ ने तेनों नंगा जमया सी, ये क्यों लै चलिया, कड़ी जवाक ने ला लेनी या कड़ा जाना है। ईपुर साहब आप कुछ नहीं जाना ना, किसी गरीब के हक ना खाया करो, ठीक है, कोशिश कराया करो किसी गरीब का जो भला कर सकते, जो अपने तो गुरु साहब ने कृपा की है तो तुम बहुत कुछ कर सकते हो। ठीक है, ये यहाँ समझा करो यार मैं किमें करूँगा नहीं करूँगा, सच बोलिया करो, ठोके बोल दो कोई आप लड़ा सरकार, सच बोलोगे तो उन्होंने भी डर होगा। ठीक है, उन्होंने पूछा करो, ठीक है, 8 गन मैं भेजते जी मेरे घर, मैं क्या भरावा सानू बाहर लाने आपकी रोटी का फिक्र होंगे, मैं गनमैन की करने, मेरी तो दुनिया मैनू प्यार करती है, मैं की करने, वादे कुछ होर करने,
ਅਤੇ 1200 ਮੈਨੂੰ ਮਿਲ ਨਹੀਂ ਸਕਦੇ ਆਪਣਾ ਲਈ। ਮੈਂ ਕਿਹਾ ਤੁਹਾਨੂੰ ਖਤਰਾ ਕਾਹਦਾ ਵੀ, ਸਾਡੇ ਤਾਂ ਕਿਸੇ ਨੇ ਕੋਈ ਗੋਲੀ ਨਹੀਂ ਮਾਰੇਗੀ, ਸਾਡਾ ਅਕਾਲ ਪੁਰਖ ਨਾਲ ਰਹਿੰਦਾ, ਸਾਡਾ ਵਿਸ਼ਵਾਸ ਹੋਣਾ ਚਾਹੀਦਾ ਕਿ ਮੇਰਾ ਗੁਰੂ ਮੇਰੇ ਨਾਲ ਹੈ। ਠੀਕ ਹੈ, ਇਹਨਾਂ ਗੱਲਾਂ 'ਤੇ ਪੂਰਾ ਪਹਿਰਾ ਦਿਆ ਕਰੋ। ਮੈਂ ਤੁਹਾਡੇ ਨਾਲ ਹਾਂ ਜਦੋਂ ਮਰਜ਼ੀ, ਸਾਡੀਆਂ ਟੀਮਾਂ ਜਲੰਧਰ ਹੈੱਡ ਆਫਿਸ ਹੈ ਜੀ, ਇੱਕ ਅਸੀਂ ਅੰਮ੍ਰਿਤਸਰ ਬਣਾ ਦਿੱਤਾ, ਉਹ ਲਗਭਗ ਵਰਕਿੰਗ ਆਰਡਰ ਦੇ ਵਿੱਚ ਹੀ ਆ ਗਿਆ। ਉਹ ਜਾਗਰਤਾ ਕੇਂਦਰ ਅਸੀਂ 50 ਕਰੋੜ ਰੁਪਈਆ ਖਰਚ ਕੀਤਾ, ਉੱਥੇ ਇਲਾਜ ਨਹੀਂ ਹੁੰਦਾ, ਉੱਥੇ ਬਿਮਾਰੀ ਨੂੰ ਪਹਿਲੀ ਸਟੇਜ 'ਚ ਫੜਾਇਆ ਜਾਂਦਾ। ਅੱਜ ਸੁਣਿਓ ਗੱਲ, ਪ੍ਰਵੈਂਸ਼ਨ, ਬਾਪੂ ਜੀ ਕਹਿੰਦੇ ਇਲਾਜ ਨਾਲੋਂ ਪਰਹੇਜ਼ ਚੰਗਾ। ਰੋਗ ਦਾ ਟਾਈਮ ਸਿਰ ਪਤਾ ਲੱਗ ਜਾਵੇ ਉਹਨੂੰ ਕਹਿੰਦੇ ਡਿਟੈਕਸ਼ਨ, ਟ੍ਰੀਟਮੈਂਟ ਹੈ ਹਸਪਤਾਲ ਉਹ ਤੀਜੇ ਥਾਂ 'ਤੇ, ਪਹਿਲੀਆਂ ਦੋ ਚੀਜ਼ਾਂ 'ਤੇ ਜ਼ੋਰ ਦੇਣ। ਠੀਕ ਆ, ਕੋਈ ਵੀ ਗਰੀਬ ਮਾਂ ਭੈਣ ਅਸੀਂ ਕੈਂਸਰ ਨਾਲ ਮਰਨ ਨਹੀਂ ਦੇਣੀ, ਇਹ ਤੁਹਾਡੇ ਨਾਲ ਵਾਅਦਾ, ਸਾਡੀ ਪੂਰੀ ਕੋਸ਼ਿਸ਼ ਹੈ, ਮੇਰੇ ਧਿਆਨ 'ਚ ਲਿਆ ਕਰੋ। ਸਾਡੀ ਕੋਈ ਵੀ ਟੀਮ ਖਰਾਬਾ ਕਰਦੀ ਹੈ, ਚੰਗਾ ਨਾ ਕਿਹਾ ਕਰੋ, ਮੇਰੀ ਝੋਲੀ ਗਲਤ ਨਾ ਭਰਦਾ। ਮੈਂ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਠੀਕ ਹੈ, ਗਲਤੀਆਂ ਕੱਢ ਕੇ ਸਾਡੀ ਝੋਲੀ 'ਚ ਪਾਇਆ ਕਰੋ, ਫਿਰ ਅਸੀਂ ਉਸ ਸਿਸਟਮ ਨੂੰ ਹੋਰ ਠੀਕ ਕਰਾਂਗੇ। ਠੀਕ ਹੈ, ਇਹ ਮੇਰੀ ਤੁਹਾਨੂੰ ਬੇਨਤੀ ਹੈ, ਕੋਈ ਵੀ ਗੱਲ ਚੰਗੀ ਹੋਵੇ। ਠੀਕ ਹੈ, ਮੇਰਾ ਸੀਸ ਤੁਹਾਡੇ ਚਰਨਾਂ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।